ਸਕੂਲ ਚ ਗੰਡਾਸਾ ਲੈ ਕੇ ਵੜਿਆ ਨੌਜਵਾਨ, ਕੁੜੀ ਨੂੰ ਜ਼ਬਰਦਸਤੀ ਲਿਜਾਣ ਦੀ ਕੀਤੀ ਕੋਸ਼ਿਸ਼, ਅੱਗੋਂ ਮਾਸਟਰ ਨੇ ਜੜਿਆ ਮੁੰਡੇ ਦੇ ਥੱਪੜ। ਦੱਸ ਦਈਏ ਕਿ ਸਕੂਲ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਜਾਂਦਾ ਹੈ ਜਦੋਂ ਇੱਕ ਕੁੜੀ ਨੂੰ ਨੌਜਵਾਨ ਦੇ ਵੱਲੋਂ ਜ਼ਬਰਦਸਤੀ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਮੌਕੇ ਤੇ ਸਕੂਲ ਪ੍ਰਸ਼ਾਸਨ ਦੇ ਵੱਲੋਂ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨੌਜਵਾਨ ਦੋਸਤਾਂ ਦੇ ਨਾਲ ਹਥਿਆਰਾਂ ਸਮੇਤ ਆਉਂਦਾ ਤਾਂ ਮੌਕੇ ਤੇ ਸਕੂਲ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਇਹ ਫਿਰ ਫਰਾਰ ਹੋ ਜਾਂਦੇ ਨੇ। ਦੱਸ ਦਈਏ ਕਿ ਮਾਮਲਾ ਮਲੋੜ ਤੋਂ ਸਾਹਮਣੇ ਆਇਆ ਜਿੱਥੇ ਕੁੜੀ ਦੇ ਵੱਲੋਂ ਸਕੂਲ 'ਚ ਛੁੱਟੀ ਦੀ ਅਰਜ਼ੀ ਪਾਈ ਹੋਈ ਸੀ ਤਾਂ ਰਸਤੇ ਦੇ ਵਿੱਚ ਇੱਕ ਮੁੰਡਾ ਉਸ ਨੂੰ ਕਿਸੇ ਹੋਰ ਮੁੰਡੇ ਨਾਲ ਖੜੀ ਨੂੰ ਵੇਖਦਾ ਤੇ ਉਹ ਉਸ ਕੁੜੀ ਨੂੰ ਆਪਣੇ ਨਾਲ ਸਕੂਲ ਦੇ ਵਿੱਚ ਲੈ ਆਉਂਦਾ, ਜਿਸ ਤੋਂ ਬਾਅਦ ਬਾਹਰ ਤੋਂ ਮੁੰਡਾ ਆਉਂਦਾ ਤੇ ਪ੍ਰਿੰਸੀਪਲ ਦੇ ਅੱਗੇ ਉਸ ਕੁੜੀ ਨੂੰ ਲਿਜਾਣ ਦੀ ਜਿੱਦ ਕਰਦਾ ਤਾਂ ਉਸ ਵੱਲੋਂ ਕੁੜੀ ਦੀ ਬਾਂਹ ਫੜੀ ਜਾਂਦੀ ਹੈ ਤਾਂ ਮੌਕੇ ਤੇ ਮੌਜੂਦ ਇੱਕ ਟੀਚਰ ਨੇ ਉਸ ਮੁੰਡੇ ਦੇ ਥੱਪੜ ਮਾਰਿਆ ਤਾਂ ਇਹ ਨੌਜਵਾਨ ਭੱਜਿਆ ਹੋਇਆ ਬਾਹਰ ਜਾਂਦਾ ਤੇ ਆਪਣੇ ਦੋਸਤਾਂ ਦੇ ਨਾਲ ਹਥਿਆਰਾਂ ਸਮੇਤ ਵੜਦਾ ਤਾਂ ਮੌਕੇ ਤੇ ਗੰਡਾਸੀ ਲੈ ਕੇ ਪਹੁੰਚਦਾ ਤੇ ਉਹਨਾਂ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕਰਦਾ, ਜਿਸ ਤੋਂ ਬਾਅਦ ਸਕੂਲ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਇਹ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਸਕੂਲ ਅਤੇ ਕੁੜੀ ਦੇ ਪਰਿਵਾਰ ਦੇ ਵੱਲੋਂ ਇਹਨਾਂ ਨੌਜਵਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਹ ਸੀਗਾ ਜੀ ਆਪਣੇ ਸਾਡੀ ਆਪਦੀ ਗੁੜੀਆ ਹੈਗੀ ਹੈ ਜੀ ਕਾਜਲਪੁਰ, ਅਤੇ ਇਹ ਅਸੀਂ ਉਤਨਾ ਆਏ ਹੋਏ ਸੀ ਪਿੰਡ, ਅਤੇ ਇਹ ਨਾ ਆਪਣੇ ਸਕੂਲ ਮਤਲਬ ਆਈ ਨੀਗੀ ਅਤੇ ਮੁੰਡੇ ਨਾਲ ਮੈਸੇਜ 'ਤੇ ਕੋਈ ਗੱਲ ਕੀਤੀ ਸੀਗੀ। ਉਹ ਮੁੰਡਾ ਇਹਨੂੰ ਮਤਲਬ ਬਲੈਕਮੇਲ ਕਰਦਾ ਸੀ ਵੀ ਮੇਰੇ ਨਾਲ ਚੱਲ ਘਰੇ, ਅਤੇ ਉਹ ਇਹਨੂੰ ਘਰੇ ਲੈ ਗਿਆ, ਆਪਦੀ ਮੰਮੀ ਨਾਲ ਮਿਲਾਇਆ, ਸਾਰਿਆਂ ਨਾਲ ਮਿਲਾਇਆ। ਫਿਰ ਉਹ ਕਿਤੇ ਇਹਨੂੰ ਛੱਡਣ ਆਈ ਜਾਂਦੇ ਸੀ, ਇੱਥੋਂ ਸਕੂਲ ਵਾਲਿਆਂ ਨੇ ਵੇਖ ਲਿਆ ਉਹਨੂੰ, ਉਹ ਸਕੂਲ ਵਾਲੇ ਸਾਰੇ ਟੀਚਰ ਅਤੇ ਨਰੇਗਾ ਵਾਲੇ ਇਹਨੂੰ ਘਰੇ ਲਿਆਏ, ਇੱਥੇ ਆਪਣੇ ਸਕੂਲ ਲਿਆਏ। ਅਤੇ ਉਹ ਸਕੂਲ ਜਦੋਂ ਲਿਆਏ ਉਹ ਮੁੰਡਾ ਕਹਿੰਦਾ ਵੀ ਇਹ ਕੁੜੀ ਨੂੰ ਮੈਂ ਲਿਜਾਣਾ, ਅਤੇ ਉਹ ਸਰ ਕਹਿੰਦੇ ਨਹੀਂ ਲਿਜਾਣਾ, ਵੀ ਅਸੀਂ ਇਹਦੇ ਘਰਦਿਆਂ ਨੂੰ ਫੋਨ ਕਰਦੇ ਹਾਂ। ਅਤੇ ਉਹਨੇ ਕੀ ਕੀਤਾ, ਆਪਦੇ ਦੋਸਤਾਂ ਨੂੰ ਫੋਨ ਕਰਤਾ, ਉਹ ਕਾਪੇ ਕਿਸੇ ਕੋਲ ਕਾਪੇ ਕਿਸੇ ਕੋਲ ਰਾੜ ਕੀ, ਅਤੇ ਉਹ ਲੈ ਕੇ ਆ ਗਏ ਇੱਥੇ ਸਕੂਲ ਦੇ ਵਿੱਚ। ਅਤੇ ਉਹ ਸਰ ਕਹਿਣ ਲੱਗ ਗਏ ਵੀ ਅਸੀਂ ਕੁੜੀ ਨੂੰ ਨਹੀਂ ਜਾਣ ਦੇਣਾ, ਸਾਡੀ ਜ਼ਿੰਮੇਵਾਰੀ ਰਿਸਪੋਂਸੀਬਿਲਟੀ ਆ ਸਾਡੀ, ਨਹੀਂ ਅਸੀਂ ਭੇਜ ਸਕਦੇ। ਉਹਨਾਂ ਨਾਲ ਧੱਕਾ ਕਰਨ ਲੱਗ ਗਏ, ਮਾਰ ਕੁੱਟੀ, ਕੋਈ ਗੰਡਾਸਾ ਵਿਖਾਵੇ, ਕੋਈ ਕੀ ਕਰੇ, ਵੀ ਅਸੀਂ ਕੁੜੀ ਲੈ ਕੇ ਜਾਣੀ ਆ। ਇੰਨੇ ਨੂੰ ਉਹਨਾਂ ਨੇ ਆਪਣੇ ਪੁਲਿਸ ਨੂੰ ਫੋਨ ਕਰਤਾ, ਪੁਲਿਸ ਆ ਗਈ ਸਾਰੀ। ਇੰਨੇ ਨੂੰ ਉਹ ਭੱਜ ਗਏ, ਜਦੋਂ ਉਹਨਾਂ ਨੂੰ ਪਤਾ ਲੱਗਿਆ ਪੁਲਿਸ ਆਈ ਜਾਂਦੀ ਆ, ਅਤੇ ਉਹ ਭੱਜ ਗਏ ਅਤੇ ਇੱਥੇ ਕੁੜੀ ਨੂੰ ਬਿਠਾ ਲਿਆ ਸੀ, ਉਦੋਂ ਅਸੀਂ ਮੌਕੇ 'ਤੇ ਪਹੁੰਚ ਗਏ ਸੀਗੇ। ਪਰ ਇਹਨਾਂ ਨੇ ਹਜੇ ਤੱਕਰ ਕੋਈ ਉਹਨਾਂ 'ਤੇ ਕਾਰਵਾਈ ਨਹੀਂ ਕੀਤੀ ਗਈ। ਇਹ ਜਦੋਂ ਅਸੀਂ ਵੇਖੇ ਮੌਕੇ 'ਤੇ ਤਿੰਨ ਚਾਰ ਮੁੰਡੇ ਸੀਗੇ, ਜਿਨ੍ਹਾਂ ਦੇ ਹੱਥ ਵਿੱਚ ਕਿਸੇ ਦੇ ਕਾਪਾ ਸੀ, ਕਿਸੇ ਦੇ ਹੱਥ 'ਚ ਰਾੜ ਸੀ, ਕਿਸੇ ਦੇ ਗੰਡਾਸਾ ਸੀ ਹੱਥ 'ਚ, ਜਿਹੜੇ ਕਿ ਸਰਾਂ ਨੂੰ ਵੀ ਵਿਖਾਈ ਜਾਂਦੇ ਸੀ ਵੀ ਅਸੀਂ ਮਾਰ ਦਾਂਗੇ ਜਾਂ ਕੁੜੀ ਸਾਨੂੰ ਦੇ ਦਿਉ ਕੁੜੀ। ਪੁਲਿਸ ਵਾਲੇ ਨਾਲ ਲੈ ਗਏ ਜਾਂ ਕੋਈ ਪੁਲਿਸ ਵਾਲੇ? ਪੁਲਿਸ ਵਾਲਿਆਂ ਜਦੋਂ ਆਏ ਭੱਜ ਚੁੱਕੇ ਸੀ, ਕੋਈ ਉਹਨਾਂ ਦੇ ਇੱਕ ਮੁੰਡਾ ਹੱਥ ਲੱਗਿਆ ਸੀ, ਜਿਹੜਾ ਉਹਨਾਂ ਨੇ ਸਾਰਿਆਂ ਦੀ ਪਛਾਣ ਕੀਤੀ ਵੀ ਇਹ ਮੁੰਡੇ ਆਹ ਸਾਡੇ ਪਿੰਡ ਦੇ ਹੀ ਹੈਗੇ ਆ, ਅਤੇ ਯਾਦਵਿੰਦਰ ਜਿਹੜਾ ਹੈਗਾ ਮੁੰਡਾ ਇਹ ਮੇਨ ਹੈਗਾ, ਜਿਹੜਾ ਇਹ ਸਾਰੀ ਕਾਰਵਾਈ ਕਰੀ ਜਾਂਦਾ, ਇਹ ਸਾਰਾ ਮਾਮਲਾ ਉਹਦੇ ਸਹੀ ਹੋਣਾ ਚਾਹੀਦਾ ਇਹ। ਅਤੇ ਇਹ ਅਸੀਂ ਇਹ ਆਪਣੇ ਕਾਰਵਾਈ ਮੰਗਦੇ ਵੀ ਇਹਨਾਂ 'ਤੇ ਹੋਣੇ ਚਾਹੀਦੇ, ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜਿਹੜਾ ਵੀ ਇਹ ਮੁੰਡੇ ਨੇ ਕੀਤੀ ਹਰਕਤ, ਪਰ ਉਹ ਮੁੰਡੇ ਨੂੰ ਫਿਰ ਵੀ ਛੱਡ ਦਿੱਤਾ ਗਿਆ, ਪਰ ਸਾਨੂੰ ਦੱਸੇ ਬਿਨਾਂ ਵੀ ਇਹ ਕੀ ਕਾਰਨ ਹੋਏ ਜਿਹੜਾ ਉਹਨੂੰ ਛੱਡ ਦਿੱਤਾ ਗਿਆ। ਮੇਰਾ ਨਾਮ ਮੋਹਨ ਸਿੰਘ ਹੈ ਜੀ, ਮੈਂ SMS ਕਮੇਟੀ ਦਾ ਚੇਅਰਮੈਨ ਹਾਂ ਜੀ ਸਕੂਲ ਦਾ। 14 ਅਗਸਤ ਦੀ ਗੱਲ ਹੈ ਜੀ, ਕੋਈ ਗੁੜੀਆ ਸਕੂਲੇ ਪੜ੍ਹਦੀ ਹੈ ਜੀ, ਪਹਿਲਾਂ ਐਪਲੀਕੇਸ਼ਨ ਭੇਜੀ ਸੀ ਉਹਨੇ ਵੀ ਮੈਂ ਸਕੂਲ ਨਹੀਂ ਆਉਣਾ, ਬਾਅਦ 'ਚ ਵੀ ਉਹਨੂੰ ਜੋ ਕੋਈ ਕੰਮ ਸੀ ਉਹ ਨਹੀਂ ਸੀਗਾ ਤਾਂ ਘਰ ਫਿਰ ਸਕੂਲ ਆ ਗਈ ਸੀਗੀ। ਸਕੂਲ ਜਦੋਂ ਰਸਤੇ 'ਚ ਆ ਰਹੀ ਸੀ ਅਤੇ ਕੋਈ ਪਿੰਡ ਦੇ ਮੁੰਡੇ ਨੇ ਵੇਖਿਆ ਵੀ ਉਹ ਥੋੜ੍ਹੀ ਲੇਟ ਸੀ ਅਤੇ ਕਿਸੇ ਮੁੰਡੇ ਦੇ ਕੋਲ ਖੜੀ ਹੋਈ ਸੀ, ਪਹਿਲਾਂ ਮੁੰਡਾ ਉਹ ਗਾਂਹ ਟੱਪ ਗਿਆ ਜੀ, ਫਿਰ ਉਹ ਮੁੰਡਾ ਵਾਪਸ ਮੁੜ ਕੇ ਆ ਗਿਆ ਵੀ ਕੁੜੀ ਇਕੱਲੀ ਹੈ ਸਕੂਲ ਦੀ ਕਿਉਂ ਖੜੀ ਹੋਈ ਹੈ।
ਉਸ ਤੋਂ ਬਾਅਦ ਜੀ ਉਹਨਾਂ ਨੇ ਜਿਹੜੇ ਮੁੰਡੇ ਕੋਲ ਖੜੀ ਸੀ ਉਹਨੇ ਸਕੂਟਰੀ 'ਤੇ ਬਿਠਾ ਕੇ ਸਕੂਲ ਦੇ ਬੈਕ ਸਾਈਡ 'ਤੇ ਇੱਕ ਪੁਰਾਣਾ ਜਿੰਮ ਵਾਲਾ ਕਮਰਾ ਜੀ ਉੱਥੇ ਲੈ ਆਉਂਦਾ ਜੀ ਕੁੜੀ ਨੂੰ। ਕੁੜੀ ਨੂੰ ਉੱਥੇ ਲਿਆਂਦਾ ਤਾਂ ਉਹ ਮੁੰਡੇ ਨੇ ਪਿੱਛਾ ਕਿਤੇ ਪਿੱਛੇ ਹੀ ਆ ਗਈ ਉਹਦੇ। ਉਹਨੇ ਦੇਖਿਆ ਵੀ ਕੁੜੀ ਨਾਬਾਲਗ ਹੈ, ਉਹਨੇ ਕੁੜੀ ਉਹਦੇ ਤੋਂ ਫੜ ਕੇ ਵਾਪਸ ਸਕੂਲੇ ਲੈ ਆਉਂਦੀ। ਪਿਛਲੇ ਗੇਟਾਂ ਦੇ ਸਰ ਮਾਸਟਰ ਵੀ ਸੀਗੇ, ਪ੍ਰਿੰਸੀਪਲ ਸਾਰੇ ਫੜ ਕੇ ਲਿਆਂਦੀ। ਇਹਨਾਂ ਮੈਨੂੰ ਫੋਨ ਕੀਤਾ ਜੀ ਵੀ ਚੇਅਰਮੈਨ ਸਾਹਿਬ ਸਕੂਲੇ ਆਓ। ਜਦੋਂ ਮੈਂ ਸਕੂਲ 'ਚ ਆਇਆ ਜੀ ਉਹ ਕਹਿੰਦੇ ਜੀ ਆਹ ਗੱਲਬਾਤ ਹੋਈ ਹੈ ਜੀ, ਕੁੜੀ ਐਪਲੀਕੇਸ਼ਨ ਦਿੱਤੀ ਹੋਈ, ਐਪਲੀਕੇਸ਼ਨ ਹੈਗੀ ਸਕੂਲ ਦੇ ਵਿੱਚ ਹੀ, ਵੀ ਆਹ ਕੁੜੀ ਨੇ ਆਹ ਹਰਕਤ ਕੀਤੀ ਹੈ। ਅਸੀਂ ਕਿਹਾ ਵੀ ਇਹਨਾਂ ਦੇ ਮਾਂ ਪਿਓ ਨੂੰ ਸੱਦ ਲਓ। ਉਹਦੇ ਮਾਂ ਪਿਓ ਨੂੰ ਫੋਨ ਲਾਇਆ ਗਿਆ ਜੀ, ਉਹ ਆ ਗਏ ਨੇ। ਉਹ ਜਿਹੜਾ ਮੁੰਡਾ ਸੀਗਾ ਜਿਹੜਾ ਕੁੜੀ ਨੂੰ ਲੈ ਕੇ ਗਿਆ ਸੀਗਾ ਜੀ, ਉਹਨੇ ਜੀ ਫੋਨ ਕਰਕੇ ਆਪਦੇ ਕੋਈ 10-15 ਮਿੱਤਰ ਬੇਲੀ ਯਾਰ ਬੇਲੀ ਸੱਦ ਲਏ ਜੀ, ਇਕੱਠੇ ਕਰ ਲਏ ਕਰਕੇ। ਕਿਸੇ ਕੋਲ ਗੰਡਾਸਾ ਸੀ, ਕਿਸੇ ਕੋਲ ਕਿਰਪਾਨ ਸੀ, ਕਿਰਪਾਨ ਤਾਂ ਅਸੀਂ ਮੌਜੂਦ ਵੀ ਕੀਤੀ ਜਿਹੜੀ ਥਾਣੇ 'ਚ ਦਿੱਤੀ ਹੈ ਕਬਰ ਵਾਲੀ। ਅਸੀਂ ਉਹਨਾਂ ਨੂੰ ਸੱਦ ਕੇ ਉਹਦੇ ਮਾਂ ਪਿਓ ਨੂੰ ਅਸੀਂ ਕਿਹਾ ਵੀ ਆਹ ਹਰਕਤ ਕੀਤੀ ਹੈ ਮੁੰਡਾ, ਇੱਕ ਮੁੰਡੇ ਨੂੰ ਨਾਲ ਹੋਰ ਲੈ ਕੇ, ਨਾਂ ਦੇ ਨਹੀਂ ਪਤਾ, ਇੱਕ ਮੁੰਡੇ ਨੂੰ ਨਾਲ ਹੋਰ ਲੈ ਕੇ ਸਕੂਲ 'ਚ ਆ ਗਿਆ, ਆਹ ਤਾਂ ਮੈਂ ਕੁੜੀ ਨੂੰ ਲੈ ਕੇ ਜਾਣੀ ਹੈ ਸਕੂਲ 'ਚੋਂ। ਪ੍ਰਿੰਸੀਪਲ ਸਰ ਕਹਿਣ ਲੱਗੇ ਵੀ ਕੁੜੀ ਸਾਡੇ ਸਕੂਲ ਦੀ ਹੈ, ਅਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੇ ਸਕਦੇ, ਵੀ ਜਿੰਨੇ ਚਿਕਰ ਉਹਦਾ ਮਾਂ ਪਿਓ ਨਹੀਂ ਆਉਂਦਾ ਕੁੜੀ ਦਾ, ਅਸੀਂ ਮਾਂ ਪਿਓ ਦੇ ਹਵਾਲੇ ਕੁੜੀ ਕਰਨੀ ਹੈ। ਪ੍ਰਿੰਸੀਪਲ ਨੇ ਸਟੈਂਡ ਲਿਆ ਜੀ ਸਰ ਥੋੜ੍ਹਾ ਜਿਹਾ, ਉਹ ਮੁੰਡੇ ਨੇ ਕੁੜੀ ਦੀ ਬਾਂਹ ਫੜ ਲਈ ਜੀ, ਗੁਰਬਰਿਆਮ ਸਰ ਨੇ ਜੀ, ਉਹਨਾਂ ਨੇ ਉੱਠ ਕੇ ਮੁੰਡੇ ਤੋਂ ਕੁੜੀ ਦੀ ਬਾਂਹ ਛੜਾਈ ਦੇ ਇੱਕ ਚਪੇੜ ਮਾਰਤੀ। ਮੁੰਡਾ ਬਾਹਰ ਭੱਜਿਆ ਗਿਆ, ਬਾਹਰ ਹਥਿਆਰ ਰੱਖੇ ਜੀ ਉਹਨੇ, ਉਹ ਗੰਡਾਸੀ ਚੱਕ ਕੇ ਸਿੱਧੀ ਲੈ ਕੇ ਆ ਗਿਆ ਜੀ। ਉਹਦੀ ਵੀਡੀਓ ਵੀ ਬਣੀ ਹੈ ਬਕਾਇਦਾ, ਵੀਡੀਓ ਵਿੱਚ ਮੈਂ ਵੀ ਹੈਗਾ ਜੀ, ਮੁੰਡੇ ਨੇ ਸਿੱਧੀ ਗੰਡਾਸੀ ਕੀਤੀ ਹੋਈ ਹੈ, ਕਹਿੰਦਾ ਜੀ ਮੈਂ ਸਿੱਧੀ ਗੰਡਾਸੀ ਮਾਰਦਾ ਹੁਣ, ਤੁਸੀਂ ਪਾਸੇ ਹੋ ਜਾਓ। ਪਰ ਜਿਹੜੇ ਸਰ ਸੀਗੇ ਜੀ, ਕਵਰ ਸਰ ਸੀਗੇ ਜੀ, ਉਹ ਅੱਗੇ ਹੋ ਗਏ। ਸੁਭਾਸ਼ ਸੀਗਾ ਜੀ, ਇੱਕ ਮੁੰਡਾ ਬਿਜਲੀ ਵਾਲਾ, ਇਹ ਵੀ ਮੌਜੂਦ ਸੀ ਉਦੋਂ, ਇਹ ਵੀ ਕਮੇਟੀ ਦੇ ਮੈਂਬਰ ਨੇ ਜੀ। ਇਹ ਵੀ ਅੱਗੇ ਹੋ ਗਏ ਸੀ ਕਿ ਵੀ ਗੁਰਬਰਿਆਮ ਦੇ ਗੰਡਾਸੀ ਕਿਵੇਂ ਮਾਰੇਗਾ, ਆਹ ਤਾਂ ਮੈਂ ਮਾਰੂੰਗਾ, ਉਹਨੇ ਮੇਰੇ ਚਪੇੜ ਕਿਉਂ ਮਾਰੀ ਹੈ। ਉਹ ਨਾਲ ਵਾਲਾ ਮੁੰਡਾ ਵੀ ਉਹਦੇ ਕੋਲ ਕਿਰਪਾਨ ਸੀਗੀ ਜੀ। ਇੰਨੇ ਨੂੰ ਜੀ ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਜੀ, ਪੁਲਿਸ 5 ਮਿੰਟਾਂ 'ਚ ਪੁਲਿਸ ਇੱਥੇ ਆ ਗਈ ਹੈ, ਪਰ ਇੰਨੇ ਨੂੰ ਉਹ ਭੱਜ ਚੁੱਕੇ ਸੀ ਇੱਥੋਂ, ਉਹ ਆਪੋ ਆਪਣੇ ਘਰਾਂ ਨੂੰ ਗਏ ਚਲੇ। ਉਹਦੇ ਵਿੱਚ ਪ੍ਰਿੰਸੀਪਲ ਸਰ ਨੇ ਲਿਖ ਕੇ ਦਿੱਤਾ ਸੀਗਾ ਥਾਣੇ 'ਚ ਕਬਰ ਵਾਲੇ, ਵੀ ਇਸ ਤਰ੍ਹਾਂ ਕਰਕੇ ਸਾਡੇ ਨਾਲ ਆਹ ਹੱਥੋਂ ਪਾਈ ਹੋਈ ਹੈ, ਸਾਡੇ ਗੰਡਾਸੀ ਮਾਰ ਦੇਣ ਲੱਗੇ ਸੀ। ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਜੀ ਅਜੇ ਤੱਕ, ਇਸ ਲਈ ਅੱਜ ਸਾਰਾ ਪਿੰਡ ਇਕੱਠਾ ਹੋਇਆ ਜੀ ਸਰਾਵਾਂ ਬੋਦਲਾ, ਵੀ ਕੀ ਗੱਲ, ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂ ਉਹਨਾਂ ਮਾਫ਼ੀ ਕਿਉਂ ਨਹੀਂ ਮੰਗੀ ਜੀ, ਇਸ ਲਈ ਸਾਰਾ ਅੱਜ ਪਿੰਡ ਇਕੱਠਾ ਹੋਇਆ ਜੀ। ਸਰ ਉਹ ਬੈਟਰ ਦਾ ਮਤਲਬ ਪਿੰਡ ਦਾ ਬੈਟਰ ਸੀ, ਸਾਡੇ ਸਕੂਲ ਨਾਲ ਰਿਲੇਟਡ ਹੈ, ਇਸ ਤੋਂ ਅੰਦਰ ਆ ਕੇ ਸਕੂਲ ਦੇ ਵਿੱਚ ਉਹਨਾਂ ਨੇ ਬੁਲਟਬਾਜ਼ੀ ਕੀਤੀ, ਉਸ ਦੀ ਮੈਂ ਜਿਹੜਾ ਹੈ ਬਰਖਾਸਤ ਕਰ ਦਿੱਤਾ ਸੀ। ਅਸਲ ਟੀਚਰਾਂ ਦੇ ਨਾਲ ਮਤਲਬ ਜੇ ਅਸੀਂ ਫੀਸ ਨਾ ਲਵਾਉਂਦੇ ਤਾਂ ਹੋ ਸਕਦਾ ਕਿਸੇ ਟੀਚਰ ਦਾ ਸਰ, ਅਸੀਂ ਉਹਨੂੰ ਬਾਏ ਡੇ ਵੀ ਜੋ ਬੰਦੇ ਉਹ ਬੰਦੇ ਹੋਏ ਸੀ, ਘੱਟੋ ਘੱਟ 4-5 ਜਾਣੇ ਸੀਗੇ, ਉਹਨਾਂ ਕੋਲੋਂ ਡੰਡਾ ਇੱਕ ਤਲਵਾਰ ਜਿਹੜੀ ਉਹ ਬਾਹਰੋਂ ਕਵਰ ਕਰਕੇ ਲਿਆਏ ਸੀਗੇ, ਅਤੇ ਬਾਕੀ ਛੋਟੀ ਜਿਹੀ ਸੀਗੀ ਗਲਾਸਾ ਕਹਿ ਕੇ ਆਪਾਂ ਪੰਜਾਬੀ ਜਿਹੜਾ ਉਹ ਬੱਚੇ ਨੇ ਮਾਰਨ ਦੀ ਕੋਸ਼ਿਸ਼ ਕੀਤੀ। 14 ਤਰੀਕ ਉਸ ਦੇ ਸਕੂਲ ਨਹੀਂ ਆਈ, ਪਰ ਸਾਡਾ ਨੈਤਿਕ ਆਧਾਰ 'ਤੇ ਅਸੀਂ ਉਸ ਪਰਿਵਾਰ ਨੂੰ ਸਪੋਰਟ ਕੀਤਾ। ਉਹ ਪਿੰਡ ਵਾਲੇ ਲੈ ਕੇ ਆਏ ਸੀਗੇ, ਪਰ ਫਿਰ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਚਾਹੇ ਨਹੀਂ ਆਏ, ਅਤੇ ਮੈਂ ਉਸਨੂੰ ਸੇਵ ਕਰਦਾ। ਅਸੀਂ ਪੁਲਿਸ ਨੂੰ ਦੇ ਦਿੱਤਾ ਜੀ ਲੇਖੇ, ਉਹਨਾਂ ਨੇ ਅੱਗੇ ਕੀ ਕਾਰਵਾਈ ਕੀਤੀ ਹੈ, ਨਾ ਤਾਂ ਸਾਡੇ ਕੋਲ ਕੋਈ ਆਇਆ ਰਾਈ ਨਾ ਮੈਂ ਆਇਆ।
ਅਸੀਂ ਮਤਲਬ ਆਪਣੀ ਕਾਰਵਾਈ ਕਰਦੇ ਸੀਗੇ, ਉਹਨੇ ਪੰਚਾਇਤ ਦੇ ਕਰਦੇ ਹੋਏ ਉਹਨਾਂ ਨੂੰ ਦੁਬਾਰਾ ਕਰਦੇ ਕਰਦੇ ਸਰ ਪਲੱਸ ਵਨ ਦੀ ਲੜਕੀ ਸੀ, ਲੜਕੀ ਦੇ ਪੜ੍ਹਨ ਵਾਲੇ ਸਕੂਲ ਨਹੀਂ ਲੜਕੇ ਬਾਹਰ ਦੇ ਪਹਿਲਾਂ ਦੇ ਆਊਟ ਹੋਏ ਨਹੀਂ ਉਹ ਕਰਨਾ ਹਾਂ